1984 ਸਿੱਖ ਕਤਲੇਆਮ ਤੋਂ ਹੀ ਕਾਂਗਰਸ ਤੇ ਗੰਭੀਰ ਇਲਜ਼ਾਮ ਲੱਗਦੇ ਆਏ ਨੇ, ਜਿਸ ਤੇ ਬੀਤੇ ਦਿਨੀ ਦਿੱਲੀ ਹਾਈ ਕੋਰਟ ਦੇ ਫੈਸਲੇ ਨੇ ਸਰਕਾਰੀ ਮੋਹਰ ਲਾ ਦਿੱਤੀ ਹੈ। ਖੈਰ, ਸੱਜਣ ਕੁਮਾਰ ਆਪਣੇ ਅੰਜਾਮ ਤੱਕ ਪਹੁੰਚ ਹੀ ਗਿਆ, ਪਰ ਕਾਂਗਰਸ ਦੇ ਪੰਜੇ ਤੇ ਲੱਗੇ ਦਾਗ ਜਿਉਂ ਤੇ ਤਿਉਂ ਬਰਕਰਾਰ ਨੇ। ਹੁਣ ਮਾਮਲਾ ਕਾਂਗਰਸੀ ਆਗੂ ਤੇ ਮੱਧ ਪ੍ਰਦੇਸ਼ ਦੇ ਨਵੇਂ ਬਣੇ ਮੁੱਖ ਮੰਤਰੀ ਕਮਲਨਾਥ ਹੈ। 84 ਸਿੱਖ ਕਤਲੇਆਮ ਦੇ ਵਿੱਚ ਨਾਮ ਹੋਣ ਕਾਰਨ ਕਮਲਨਾਥ ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਐਲਾਨ ਤੋਂ ਹੀ ਅਕਾਲੀ ਦਲ ਕਾਂਗਰਸ ਦਾ ਵਿਰੋਧ ਕਰਦਾ ਆ ਰਿਹਾ। ਪਰ ਹੁਣ 84 ਸਿੱਖ ਕਤਲੇਆਮ ਦੀ ਮੁੱਖ ਗਵਾਹ ਤੇ ਪੀੜਿਤ ਬੀਬੀ ਨਿਰਪ੍ਰੀਤ ਕੌਰ ਨੇ ਕਮਲਨਾਥ ਨੂੰ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਨੂੰ ਅਕਾਲੀ ਦਲ ਦੀ ਬੇਵਕੂਫੀ ਕਰਾਰ ਦਿੱਤਾ। ਨਿਰਪ੍ਰੀਤ ਕੌਰ ਦੇ ਮੁਤਾਬਿਕ ਅਕਾਲੀ ਦਲ ਕਤਲੇਆਮ ਪੀੜਤਾਂ ਨੂੰ ਸਿਰਫ ਤੇ ਸਿਰਫ ਵੋਟਾਂ ਦੇ ਲਈ ਹੀ ਇਸਤੇਮਾਲ ਕਰ ਰਹੀ ਹੈ। देखो, ये तो हमारी कौम की बेवकूफ़ी है। मैं अकालियों की बेवकूफ़ी कहती हूँ। जो कमलनाथ पे वो बने, हम किसी को दोष नहीं दे सकते। पहले सरना साहब थे दिल्ली गुरुद्वारा कमेटी के प्रेसिडेंट, तो तब वो बचाते रहे हैं। मुख्तार सिंह इसका मेन गवाह है इस केस में, और अब अकाली दल बादल हैं जो उसको वो नहीं गवाही दे रहे। वो वोट बैंकिंग के लिए हमारे को यूज़ करते हैं, वो क्यों नहीं करा रहे गवाही? आज जो बना कमलनाथ, जो बना अकालियों की वजह से बना। ਕਮਲਨਾਥ ਨੇ ਬੀਤੇ ਦਿਨੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਕਮਲਨਾਥ ਤੇ 84 ਸਿੱਖ ਕਤਲੇਆਮ ਮਾਮਲੇ ਦੇ ਵਿੱਚ ਸਿੱਖਾਂ ਨੂੰ ਮਾਰਨ ਦੇ ਇਲਜ਼ਾਮ ਨੇ। ਇਹ ਵੀ ਜ਼ਿਕਰਯੋਗ ਹੈ ਕਿ ਅਕਾਲੀ ਦਲ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਲਈ ਆਪਣੀ ਅਤੇ ਕੇਂਦਰ ਦੀ ਮੋਦੀ ਸਰਕਾਰ ਦੀ ਲਗਾਤਾਰ ਪਿੱਠ ਥਪਥਪਾ ਰਿਹਾ ਹੈ, ਤੇ ਨਾਲ ਹੀ ਕਮਲਨਾਥ ਦਾ ਵੀ ਵੱਡੇ ਪੱਧਰ ਤੇ ਵਿਰੋਧ ਕਰ ਰਿਹਾ ਹੈ। ਪਰ ਬੀਬੀ ਨਿਰਪ੍ਰੀਤ ਕੌਰ ਦੇ ਇਸ ਬਿਆਨ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਧਰਥਲੀ ਮਚਾ ਕੇ ਰੱਖ ਦਿੱਤੀ ਹੈ, ਜਿਸ ਨੇ ਬੈਠੇ ਬਿਠਾਏ ਵਿਰੋਧੀਆਂ ਦੇ ਪੈਰ ਥੱਲੇ ਬਟੇਰ ਦੇ ਦਿੱਤਾ।